ਤਾਂ ਜੀ ਤੁਹਾਡਾ ਇਸ ਬ੍ਰੇਕ ਤੋਂ ਬਾਅਦ ਅੱਜ ਅਸੀਂ ਗੱਲ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਦੀ ਸਿਆਸਤ 'ਤੇ, ਉਹਨਾਂ ਦੀ ਸਿਆਸੀ ਸ਼ਤਰੰਜ 'ਤੇ, ਔਰ ਅਰਵਿੰਦ ਕੇਜਰੀਵਾਲ ਇਸ ਸਿਆਸੀ ਸ਼ਤਰੰਜ 'ਤੇ ਕਿਹੜੀ ਨਵੀਂ ਚਾਲ ਚੱਲ ਰਹੇ ਨੇ ਇਸ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਇੱਕ ਬਾਲੀਵੁੱਡ ਦਾ ਬੜਾ ਮਸ਼ਹੂਰ ਗੀਤ ਹੈ ਕਿ ਪਿਆਰ ਹਮੇਂ ਕਿਸ ਮੋੜ ਪਰ ਲੈ ਆਇਆ ਕਿ ਦਿਲ ਕਰੇ ਹਾਏ ਹਾਏ ਕੋਈ ਤੋਂ ਬਤਾਏ ਕਿ ਕਿਆ ਹੋਗਾ। ਸ਼ਾਇਦ ਅਰਵਿੰਦ ਕੇਜਰੀਵਾਲ ਦੇ ਦਿਲੋ ਦਿਮਾਗ ਦੇ ਵਿੱਚ ਵੀ ਇਹੋ ਹੀ ਗਾਣਾ ਚੱਲ ਰਿਹਾ ਹੋਣਾ। ਹੁਣ ਪਿਆਰ ਦੀ ਜਗ੍ਹਾ ਸਿਆਸਤ ਲਾ ਲਓ, ਜਾਂ ਕਹਿ ਦਿਓ ਕਿ ਪੰਜਾਬ ਆਮ ਆਦਮੀ ਪਾਰਟੀ ਮੁਝੇ ਕਿਸ ਮੋੜ ਪਰ ਲੈ ਆਈ ਕਿ ਇਹ ਹੁਣ ਮੈਂ ਸੋਚ ਰਿਹਾ ਕਿ ਕੀ ਹੋਏਗਾ ਹਾਏ। ਇਹ ਹੁਣ ਜਿਹੜੇ ਸਿਆਸਤ ਚੱਲ ਰਹੀ ਹੈ, ਇਹ ਜਿਹੜੀਆਂ ਸਿਆਸੀ ਚਾਲਾਂ ਚੱਲ ਰਹੇ ਨੇ, ਅਰਵਿੰਦ ਕੇਜਰੀਵਾਲ ਜੋ ਯੂ ਟਰਨ ਲੈਣ ਲਈ ਮਸ਼ਹੂਰ ਨੇ, ਜੋ ਕਦੀ ਕਿਸੇ 'ਤੇ ਇਲਜ਼ਾਮ ਲਗਾਉਂਦੇ ਨੇ, ਬੜੇ ਸੰਗੀਨ ਇਲਜ਼ਾਮ ਲਗਾਉਂਦੇ ਨੇ, ਔਰ ਬਾਅਦ ਵਿੱਚ ਜਾ ਕੇ ਅਦਾਲਤ 'ਚ ਮਾਫੀਨਾਮੇ 'ਤੇ ਦਸਤਖਤ ਕਰਦੇ ਨੇ, ਕਦੀ ਕਿਸੇ ਪਾਰਟੀ ਦੇ ਲੀਡਰ ਨੂੰ ਕੱਢ ਦਿੰਦੇ ਨੇ, ਫਿਰ ਜਾ ਕੇ ਆਪਣੇ ਬੰਦੇ ਉਹਨਾਂ ਦੇ ਘਰ ਭੇਜ ਕੇ ਉਹਨਾਂ ਨੂੰ ਵਾਪਸ ਬੁਲਾਉਂਦੇ ਨੇ ਕਿ ਆ ਜਾਓ ਜੀ, ਤੁਹਾਡੀ ਹੁਣ ਪੂਰੀ ਇੱਜ਼ਤ ਹੋਏਗੀ, ਜੋ 2 ਸਾਲ ਪਹਿਲਾਂ ਤੁਹਾਡੇ ਨਾਲ ਸਲੂਕ ਹੋਇਆ ਸੀਗਾ ਉਹ ਅਸੀਂ ਹੁਣ ਨਹੀਂ ਕਰਾਂਗੇ। ਪਰ ਉਹਦੀ ਕੋਈ ਗਰੰਟੀ ਵੀ ਨਹੀਂ ਦਿੰਦੇ। ਔਰ ਅੱਜ ਜੋ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਮਿਲੇ ਨੇ, ਉਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਵੀ ਇਹ ਸਵਾਲ ਚੁੱਕਿਆ ਹੈ ਕਿ ਕਿਆ ਆਮ ਆਦਮੀ ਪਾਰਟੀ, ਕਿਆ ਅਰਵਿੰਦ ਕੇਜਰੀਵਾਲ ਮੇਰੇ ਤੋਂ ਮਾਫੀ ਮੰਗਣਗੇ। ਸਾਡੇ ਕਈ ਦਰਸ਼ਕ ਨੇ ਜਿਹੜੇ ਇਸ ਬਾਰੇ ਗੱਲ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜਗਿੰਦਰ ਸਿੰਘ ਬੋਲਦਾ ਜੀ, ਕੈਮਰੇ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਜਗਿੰਦਰ ਜੀ, ਦੱਸੋ ਜੀ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਦੇ ਰਿਹਾ ਜੀ। ਮੈਂ ਜਿਹੜੇ ਵੀਰ ਮੇਰੇ ਕਹਿੰਦੇ ਕਿ ਜਾਣਾ ਚਾਹੀਦਾ, ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਜੀ ਵੀ ਕੇਜਰੀਵਾਲ ਜੀ ਦੁਬਾਰਾ ਦਲੀਲ ਕਰਕੇ ਨਹੀਂ ਦੌੜਨਗੇ। ਅੱਛਾ ਜੀ, ਸਿਆਸਤ ਨੂੰ ਪੰਜਾਬੀਆਂ ਦੇ ਸੁਭਾਅ ਦਾ ਪਤਾ ਵੀ ਜੇ ਹੁਣ ਜਾਂਦੇ ਆ ਨਾ ਤੇ ਇਹਨਾਂ ਦੀ ਸਿਆਸੀ ਮੌਤ ਹੋਊਗੀ, ਕਿ ਉਹ ਪੰਜਾਬੀਆਂ ਦਾ ਵੀ ਸੁਭਾਅ ਆ ਨਾ। ਜਦੋਂ ਇਹਨਾਂ ਨੂੰ ਬਾਹਰ ਕੱਢਿਆ, ਪੰਜਾਬੀਆਂ ਨੇ ਬਹੁਤ ਹੁਕਮ ਲਾਇਆ ਜੀ ਕਿ ਇੱਕ ਬੰਦੇ ਨੂੰ, ਇਮਾਨਦਾਰ ਬੰਦੇ ਨੂੰ ਕੱਢ ਕੇ ਬਿਨਾਂ ਕਿਸੇ ਗੱਲ ਤੋਂ ਬਾਹਰ ਮਾਰਿਆ। ਤੇ ਹੁਣ ਜੇ ਜਾਂਦੇ ਆ ਤੇ ਪੰਜਾਬੀ ਬਹੁਤ ਜ਼ਿਆਦਾ ਨਾਰਾਜ਼ ਹੋਣਗੇ ਇਹਨਾਂ ਦੇ ਨਾਲ, ਇਹਨਾਂ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ। ਬਾਕੀ ਤੁਸੀਂ ਦੇਖ ਲਓ ਫਿਊਚਰ ਦੇ ਵਿੱਚ ਠੀਕ ਹੈ ਜੀ, ਇਹਨਾਂ ਨੂੰ ਫਿਰ ਵਰਤ ਕੇ ਬਾਹਰ ਕਿੱਦਾਂ ਕੱਢਿਆ ਜਾਂਦਾ ਜੀ। ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਸਾਡੇ ਦਰਸ਼ਕ ਕਹਿੰਦੇ ਨੇ ਕਿ ਅਗਰ ਛੋਟੇਪੁਰ ਜਾਂਦੇ ਨੇ ਪਾਰਟੀ 'ਚ ਵਾਪਸ, ਤਾਂ ਉਹਨਾਂ ਦਾ ਕੀ ਸਿਆਸੀ ਭਵਿੱਖ ਹੋਏਗਾ, ਉਸ ਬਾਰੇ ਸਵਾਲ ਚੁੱਕਦੇ ਨੇ। ਲੇਕਿਨ ਅਰਵਿੰਦ ਕੇਜਰੀਵਾਲ ਦੇ ਬਾਰੇ 'ਚ ਅਸੀਂ ਇਹ ਗੱਲ ਕਰ ਸਕਦੇ, ਸਾਡੇ ਕਈ ਸੂਝਵਾਨ ਦਰਸ਼ਕਾਂ ਨੇ ਸਾਨੂੰ ਫੋਨ 'ਤੇ ਵੀ ਇਹ ਦੱਸੀ, ਇਹ ਗੱਲ ਸ਼ੇਅਰ ਕੀਤੀ ਕਿ ਅਰਵਿੰਦ ਕੇਜਰੀਵਾਲ ਇਜ਼ ਨੋਟ ਅ ਸੀਜ਼ਨ ਪੋਲੀਟੀਸ਼ੀਅਨ। ਇੱਕ ਉਹ ਜਿਹੜਾ ਸੀਜ਼ਨ ਪੋਲੀਟਿਕਸ, ਜਿਹੜਾ ਸਿਆਸਤ ਜਿਹਨੂੰ ਕਹਿੰਦੇ ਨਾ, ਖਾੜਕੂ ਸਿਆਸਤ ਜਿਹਨੂੰ, ਸੌਰੀ ਕਹਿੰਦੇ ਆ ਕਿ ਜਿਹਨੂੰ ਸਿਆਸਤ ਕਰਨੀ ਹੁੰਦੀ ਹੈ, ਜਿਹੜੇ ਖੁਰਾਟ ਹੁੰਦੇ ਨੇ ਸਿਆਸਤ ਕਰਨ ਵਾਲੇ, ਜਿਹੜੇ ਬਿਲਕੁਲ ਰਮੇ ਹੁੰਦੇ ਨੇ ਪੋਲੀਟਿਕਸ ਦੇ ਵਿੱਚ, ਉਹ ਜਿਸ ਤਰ੍ਹਾਂ ਹੁਣ ਕਹਿ ਸਕਦੇ ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ ਯਾਦਵ, ਇਹ ਜਿਹੜੇ ਸਿਆਸੀ ਨਾਮ ਨੇ, ਇਹਨਾਂ ਨੂੰ ਪਤਾ ਹੁੰਦਾ ਸਿਆਸਤ ਕਿੱਦਾਂ ਕਰਨੀ ਹੈ। ਅਰਵਿੰਦ ਕੇਜਰੀਵਾਲ ਜਿਹੜੇ ਨੇ, ਉਹਨਾਂ ਨੂੰ ਸਿਆਸੀ ਕੋਈ ਤਜੁਰਬਾ ਨਹੀਂ, ਸਿਆਸੀ ਕੋਈ ਐਕਸਪੀਰੀਅੰਸ ਨਹੀਂ, ਔਰ ਪੰਜਾਬ ਦੀ ਧਰਤੀ ਦੇ ਉੱਤੇ ਕੀ ਸਿਆਸਤ ਕਰਨੀ ਹੈ, ਕੀ ਬੋਲਣਾ ਕੀ ਨਹੀਂ ਬੋਲਣਾ, ਇਹਨੂੰ ਲੈ ਕੇ ਹਮੇਸ਼ਾ ਸਵਾਲ ਜਵਾਬ ਉਹਨਾਂ 'ਤੇ ਹੁੰਦੇ ਰਹੇ। ਔਰ ਜਿਹੜੀ ਪਾਰਟੀ ਨੂੰ ਲੈ ਕੇ, ਜਿਹੜੇ ਪਾਰਟੀ ਦੇ ਲੀਡਰਾਂ ਨੂੰ ਲੈ ਕੇ, ਉਹ ਪੰਜਾਬ ਦੇ ਵਿੱਚ ਆਏ, ਵੱਡੇ ਵੱਡੇ ਸੁਪਨੇ ਦਿਖਾਏ, ਵੱਡੇ ਵੱਡੇ ਵਾਅਦੇ ਕੀਤੇ, ਉਹ ਪੂਰੇ ਨਹੀਂ ਕਰ ਪਾਏ, ਇਹ ਸਾਰੀ ਦੁਨੀਆ ਜਾਣਦੀ ਹੈ। ਅੱਜ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਇਹ ਸਵਾਲ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ ਹੁਣ ਕੀ ਹੈ। ਉਹ ਇਸ ਮੋੜ 'ਤੇ ਆ ਕੇ, ਜਦੋਂ ਉਹ ਕਹਿੰਦੇ ਸੀ ਕਿ ਨਵਾਂ ਮੋੜ ਆਏਗਾ, ਨਵਾਂ ਮੋੜ 'ਤੇ ਹੁਣ ਅਰਵਿੰਦ ਕੇਜਰੀਵਾਲ ਦੀ ਸਿਆਸਤ ਦੇ ਵਿੱਚ ਇਹ ਆ ਗਿਆ ਕਿ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਲੈਫਟ ਜਾਣਾ ਹੈ ਕਿ ਰਾਈਟ ਜਾਣਾ, ਲੈਫਟ ਜਾ ਕੇ ਕੀ ਮਿਲੇਗਾ ਅਤੇ ਰਾਈਟ ਜਾ ਕੇ ਕੀ ਮਿਲੇਗਾ। ਕਦੀ ਖਹਿਰਾ ਨੂੰ ਨਾਰਾਜ਼ ਕਰ ਲੈਂਦੇ ਨੇ, ਕਦੀ ਫੁਲਕਾ ਉਹਨਾਂ ਨੂੰ ਛੱਡਣ ਦੀ ਧਮਕੀ ਦਿੰਦੇ ਨੇ, ਕਦੀ ਉਹ ਗੁਰਪ੍ਰੀਤ ਘੁੱਗੀ ਨੂੰ ਪਾਰਟੀ ਨਾਲ ਪੰਗਾ ਉਹਨਾਂ ਦਾ ਹੋ ਜਾਂਦਾ ਹੈ, ਕਦੀ ਧਰਮਵੀਰ ਗਾਂਧੀ ਦੇ ਨਾਲ ਹੋ ਜਾਂਦਾ ਹੈ, ਦਿੱਲੀ ਜਾਓ ਅਤੇ ਆਸ਼ੂਤੋਸ਼ ਅਤੇ ਕੁਮਾਰ ਵਿਸ਼ਵਾਸ ਨੂੰ ਨਾਰਾਜ਼ ਕਰ ਜਾਂਦੇ ਨੇ। ਉਹਨਾਂ ਨੂੰ ਆਪਣੀ ਇੱਕ ਪੋਲੀਟੀਕਲ ਜਿਹੜੀ ਸਟ੍ਰੈਟਜੀ ਹੈ, ਜਿਹੜਾ ਆਪਣਾ ਦਿਲੋ ਦਿਮਾਗ ਹੈ, ਉਹਨੂੰ ਹੋਰ ਖੁੱਲ੍ਹਾ ਰੱਖਣਾ ਹੋਏਗਾ, ਔਰ ਰਿਮੋਟ ਕੰਟਰੋਲ ਛੱਡ ਦੇਣਾ ਹੋਏਗਾ। ਇਹ ਕੋਈ ਟੈਲੀਵਿਜ਼ਨ ਦਾ ਜਾਂ ਕੋਈ ਉਹ ਨਹੀਂ ਹੈ ਕਿ ਤੁਸੀਂ ਰਿਮੋਟ ਕੰਟਰੋਲ ਨਾਲ ਚਲਾ ਲਓ। ਪਾਰਟੀਆਂ ਜਿਹੜੀਆਂ ਚੱਲਦੀਆਂ ਨੇ ਲੋਕਲ ਲੀਡਰਸ਼ਿਪ ਦੇ, ਉਹਨਾਂ ਦੇ ਨਾਲ ਚੱਲਦੀਆਂ ਨੇ, ਉਹਨਾਂ ਦੇ ਜਿਹੜੇ ਸਹਿਯੋਗ ਹੁੰਦਾ ਹੈ ਉਹਦੇ ਨਾਲ ਚੱਲਦੀਆਂ ਨੇ, ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਚੱਲਦੀਆਂ। ਲੇਕਿਨ ਆਮ ਆਦਮੀ ਪਾਰਟੀ ਦੇ ਨਾਲ ਇਹੀ ਚੀਜ਼ ਰਹੀ ਕਿ ਈਗੋ ਕਲੈਸ਼ਿਸ ਰਹੇ, ਜਿੰਨੇ ਬੰਦੇ ਉਹ ਲੈ ਕੇ ਆਏ, ਜਿੰਨੇ ਲੀਡਰਾਂ ਨੂੰ ਉਹਨਾਂ ਨੇ ਆਪਣੇ ਆਪ ਜੋੜਿਆ, ਉਹ ਸਾਰੇ ਕਦੀ ਪੋਸਟ ਪਿੱਛੇ, ਕਦੀ ਕਿਸੇ ਬਹਾਨੇ ਪਿੱਛੇ ਕਿ ਫਲਾਣੇ ਨੇ ਮੈਨੂੰ ਇਹ ਕਹਿਤਾ, ਫਲਾਣੇ ਨੇ ਮੈਨੂੰ ਉਹ ਕਹਿਤਾ, ਜਿੱਦਾਂ ਸਕੂਲਾਂ ਦੇ ਬੱਚੇ ਲੜਦੇ ਆ, ਇੱਦਾਂ ਆਮ ਆਦਮੀ ਪੰਜਾਬ ਦੇ ਜਿਹੜੇ ਪਾਰਟੀ ਦੇ ਲੀਡਰ ਨੇ ਸਾਨੂੰ ਲੜਦੇ ਹੋਏ ਦਿਖਾਈ ਦਿੱਤੇ, ਔਰ ਅਜੇ ਵੀ ਇਹ ਸੀਨ ਚੱਲ ਰਿਹਾ। ਕੱਲ੍ਹ ਨੂੰ ਕੀ ਹੋਏਗਾ ਕੁਛ ਪਤਾ ਨਹੀਂ। ਹੁਣ ਅਰਵਿੰਦ ਕੇਜਰੀਵਾਲ ਦੀਆਂ ਆਪਣੀਆਂ ਇੱਕ ਸਿਆਸੀ ਮਜਬੂਰੀਆਂ ਨੇ ਕਿ ਅੱਜ ਉਹ ਆਪਣੇ ਬੰਦਿਆਂ ਨੂੰ, ਆਪਣੇ ਲੀਡਰਾਂ ਨੂੰ ਸੁੱਚਾ ਸਿੰਘ ਛੋਟੇਪੁਰ ਦੇ ਘਰ ਭੇਜਦੇ ਨੇ, ਔਰ ਉਹ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਤਰਲੇ ਮਿੰਨਤਾਂ ਕਰਦੇ ਨੇ ਕਿ ਤੁਸੀਂ ਪਾਰਟੀ 'ਚ ਵਾਪਸ ਆ ਜਾਓ, ਤੁਹਾਨੂੰ ਅਸੀਂ ਪਾਰਟੀ ਦੀ ਪੰਜਾਬ ਦੇ ਵਿੱਚ ਕਮਾਨ ਦੇਣ ਨੂੰ ਤਿਆਰ ਹਾਂ। ਉਹ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੂੰ 2 ਸਾਲ ਪਹਿਲਾਂ ਇੱਕ ਸਟਿੰਗ ਆਪਰੇਸ਼ਨ, ਇੱਕ ਵੀਡੀਓ ਦਾ ਹਵਾਲਾ ਦੇ ਕੇ ਕਿ ਜੇ ਤੁਸੀਂ ਰਿਸ਼ਵਤ ਲਈ ਹੈ, ਟਿਕਟਾਂ ਦੇ ਨਾਂ 'ਤੇ ਪੈਸੇ ਲਏ ਆ, ਉਹਨਾਂ ਨੂੰ ਬੜੇ ਹੀ ਬੇਰਹਿਮੀ ਦੇ ਨਾਲ ਕਹਿ ਸਕਦੇ
ਇਤਰਾਜ਼ ਕੀਤਾ, ਪੰਜਾਬ ਦੀ ਜਨਤਾ ਨੇ ਸਵਾਲ ਚੁੱਕੇ, ਲੇਕਿਨ ਕੋਈ ਸੁਣਵਾਈ ਨਹੀਂ ਹੋਈ। ਪੋਲੀਟੀਕਲ ਅਫੇਅਰ ਕਮੇਟੀ ਨੇ ਪੰਜਾਬ ਜਿਹੜੀ ਸੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਫੈਸਲਾ ਲਿਆ ਔਰ ਉਹ ਉੱਥੇ ਭੇਜ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਜਾਨ ਬਾਹਰ। ਇਹ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਟਵੀਟ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਹਟਾ ਦਿੱਤਾ ਜਾਂਦਾ, ਇੱਕ ਕੋਈ ਵੀ ਫੈਸਲਾ ਲੈ ਕੇ ਫਲਾਣੇ ਬੰਦੇ ਨੂੰ ਹਟਾ ਦਿੱਤਾ ਜਾਂਦਾ। ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ, ਹਰ ਆਦਮੀ ਜਿਹੜਾ ਪੋਲੀਟਿਕਸ ਦੇ ਵਿੱਚ ਆਉਂਦਾ, ਸਿਆਸੀ ਪਾਰਟੀ ਦੇ ਨਾਲ ਆਉਂਦਾ, ਉਹਦੇ ਆਪਣਾ ਇੱਕ ਏਜੰਡਾ ਹੁੰਦਾ, ਉਹਦਾ ਆਪਣਾ ਇੱਕ ਮਨਸੂਬਾ ਹੁੰਦਾ, ਆਪਣਾ ਇੱਕ ਸੁਪਨਾ ਹੁੰਦਾ। ਜਦੋਂ ਉਹਨੂੰ ਆਪਣਾ ਸੁਪਨਾ ਪੂਰਾ ਹੁੰਦਾ ਨਹੀਂ ਵਿਖਾਈ ਦਿੰਦਾ, ਜਦੋਂ ਆਪਣਾ ਮਨਸੂਬਾ ਪੂਰਾ ਹੁੰਦਾ ਨਹੀਂ ਦਿਖਾਈ ਦਿੰਦਾ, ਤਾਂ ਫਿਰ ਈਗੋ ਕਲੈਸ਼ ਸ਼ੁਰੂ ਹੋ ਜਾਂਦੇ ਨੇ। ਈਗੋ ਕਲੈਸ਼ ਦਾ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ, ਅਗਰ ਸੁੱਚਾ ਸਿੰਘ ਛੋਟੇਪੁਰ ਆਉਂਦੇ ਨੇ ਤਾਂ ਈਗੋ ਕਲੈਸ਼ ਦਾ ਇੱਕ ਨਵਾਂ ਚੈਪਟਰ, ਇੱਕ ਨਵਾਂ ਅਧਿਆਇ ਸ਼ੁਰੂ ਹੋ ਜਾਏਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ, ਜਦੋਂ ਇੱਕੋ ਮੰਚ 'ਤੇ ਸੁੱਚਾ ਸਿੰਘ ਛੋਟੇਪੁਰ ਤੁਹਾਨੂੰ ਦਿਖਾਈ ਦੇਣਗੇ ਔਰ ਤੁਹਾਨੂੰ ਦਿਖਾਈ ਦੇਣਗੇ ਸੁਖਪਾਲ ਸਿੰਘ ਖਹਿਰਾ। ਕਿਆ ਸੁਖਪਾਲ ਸਿੰਘ ਖਹਿਰਾ ਸੁੱਚਾ ਸਿੰਘ ਛੋਟੇਪੁਰ ਨੂੰ ਆਪਣਾ ਲੀਡਰ ਸਵੀਕਾਰ ਕਰਨਗੇ? ਕਿਆ ਸੁੱਚਾ ਸਿੰਘ ਛੋਟੇਪੁਰ ਸੁਖਪਾਲ ਖਹਿਰਾ ਨੂੰ ਕੋਆਰਡੀਨੇਟ ਕਰਕੇ ਜਿਹੜੇ ਪਾਰਟੀ ਦੇ ਨਾਰਾਜ਼ ਹੋ ਗਏ, ਬਾਗੀ ਹੋ ਗਏ ਨੇਤਾ ਨੇ, ਉਹਨਾਂ ਨੂੰ ਪਾਰਟੀ ਦੇ ਫੋਲਡ 'ਚ ਵਾਪਸ ਲਿਆਉਣਗੇ? ਹੋਰ ਜਿਹੜੇ ਪਾਰਟੀ ਦੇ ਲੀਡਰ ਨਾਰਾਜ਼ ਹੋ ਗਏ ਨੇ, ਕਿਆ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਅਪਰੋਚ ਕਰਨਗੇ? ਇਹ ਸਭ ਚੀਜ਼ਾਂ ਦੇਖਣ ਵਾਲੀਆਂ ਨੇ, ਲੇਕਿਨ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਦੀ ਸਿਆਸਤ ਕਦੀ ਵੀ ਕੁਝ ਵੀ ਕਰਾ ਸਕਦੀ ਹੈ। ਅੱਜ ਦਾ ਮੁੱਦਾ ਦੇ ਵਿੱਚ ਅੱਜ ਇਹ ਹੀ ਅਸੀਂ ਡਿਸਕਸ ਕੀਤਾ। ਸਾਡੇ ਕਈ ਸੂਝਵਾਨ ਦਰਸ਼ਕਾਂ ਨੇ ਸਾਡੇ ਨਾਲ ਫੋਨ 'ਤੇ ਆਪਣੇ ਬਹੁਤ ਹੀ ਮੁੱਲੇਵਾਨ, ਬਹੁਤ ਹੀ ਕੀਮਤੀ, ਬਹੁਤ ਹੀ ਇੰਪੋਰਟੈਂਟ ਸਾਨੂੰ ਆਪਣੇ ਸਜੈਸ਼ਨ ਦਿੱਤੇ, ਆਪਣੀ ਸਲਾਹ ਦਿੱਤੀ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਆਪ ਸਭ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।